ਭਾਈ ਅਮਰਿਤਪਾਲ ਸਿੰਘ ਦੋਈ ਕੰਮ ਕਰ ਰਿਹਾ ਸੀ ਇੱਕ ਤਰਮਦਾ ਪ੍ਰਚਾਰ ਕਰ ਰਿਹਾ ਸੀ ਦੂਜਾ ਨਸ਼ਿਆਂ ਦੇ ਖਿਲਾਫ ਉਹ ਲੜਾਈ ਲੜ ਰਿਹਾ ਸੀ ਸਮਾਜ ਦੇ ਵੱਡੇ ਵੱਡੇ ਜਿਹੜੇ ਆਪਦੇ ਆਪ ਨੂੰ ਉਹ ਠੇਕੇਦਾਰ ਸਮਝਦੇ ਹੋ ਉਹ ਨਸ਼ੇ ਦੇ ਕਾਰੋਬਾਰ ਵਿੱਚ ਇਨਵੋਲਵ ਹੈਗੇ ਨੇ ਜਿਹੜੇ ਨਸ਼ੇ ਦੇ ਕਾਰੋਬਾਰ ਕਰਦੇ ਰੋਕਨੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਧਰਮ ਦੇ ਪ੍ਰਚਾਰ ਤੇ ਨਸ਼ੇ ਦੇ ਖਿਲਾਫ ਕੰਮ ਕਰਨ ਵਾਲੇ ਉਹਨਾਂ ਤੋਂ ਪਾਰ ਨੂੰ ਫੁਰਤ ਪੈ ਗਈ ਅਮਰਿਤਪਾਲ ਲੋਪੀ ਉਹਦੇ ਨਾਲ ਦੇ ਜਿਹੜੇ ਸਿੱਖ ਨੇ ਇਸ ਕਰਕੇ ਟਾਰਗੇਟ ਹੋ ਰਹੇ ਨੇ ਕੋ ਸਿੱਖ ਹੈਗੇ ਨੇ ਕੋਰੋਨਾ ਨੂੰ ਕੋਈ ਰਿਜ਼ਨ ਨਹੀਂ ਹੈਗਾ ਸਰਕਾਰ ਦਾ ਦੂਜਾ ਟਾਰਗੇਟ ਕਰਨ ਦਾ ਉਹ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਭਗਵੰਤ ਮਾਨ ਜੀ ਨੇ ਇਹਨਾਂ ਦੇ ਫਰਾਂਸ ਦੇ ਵਿੱਚ ਸਤਨਾਮ ਸਿੰਘ ਨੇ ਜਿਹੜੇ ਬਪਰਾਣ ਦੇ ਬੜੇ ਸੀਨੀਅਰ ਲੀਡਰ ਨੇ ਉਪਰਖਾਲਸਾ ਦੇ ਉਹਨਾਂ ਕੋਲ ਫੰਡਸ ਲੈ ਕੇ ਆਏ ਨੇ ਅਜੇ ਤੱਕ ਕਿਸੇ ED ਨੇ ਕਿਸੇ CPI ਨੇ ਕਿਸੇ ਸੈਂਟਰਲ ਦੀ ਏਜੰਸੀ ਨੇ ਉਹਨਾਂ ਦੀ ਜਾਂਚ ਤਾਂ ਕੀਤੀ ਨਹੀਂ ਹੈਗੀ ਫੰਜਾਪ ਤੇ ਵਿੱਚ ਵੇਖੋ ਇੰਨਾ ਜ਼ੁਲਮ ਹੋਇਆ ਹੈ ਪਿਛਲੇ 15 ਦਿਨਾਂ ਦੇ ਵਿੱਚ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨੇ ਅਜੇ ਤੱਕ ਡਾਟਾ ਹੀ ਨਹੀਂ ਮੰਗਿਆ ਹੈਗਾ ਸਰਕਾਰ ਕੋਲੇ ਕਿੰਨੇ ਬੰਦੇ ਫੜੇ ਗਏ ਚੰਗੇ ਚੰਗੇ ਸੀਨੀਅਰ ਬੰਦਿਆਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਨਾਲ ਮਿਸਬੀਹਵ ਕੀਤਾ ਜਾ ਰਿਹਾ ਹੈ ਜਦੋਂ 18 ਮਾਰਚ ਤੋਂ ਪਹਿਲੇ ਕਿਸੇ ਦਾ ਕ੍ਰਿਮੀਨਲ ਟਰੈਕ ਹੀ ਨਹੀਂ ਹੈਗਾ ਜੇ ਤੁਸੀਂ ਕੋਈ ਝੂਠੇ ਸੱਚ ਪਰਚੇ ਚ ਉਹਨਾਂ ਦੇ ਨਾਂ ਪਾਈ ਨਹੀਂ ਤੇ ਉਹਦੇ ਚ ਵੀ ਐਫਆਈਆ ਅਪਲੋਡ ਨਹੀਂ ਕੀਤੀਆਂ ਉਹਨਾਂ ਕਿਸ ਸੰਦ ਵਿੱਚ ਤੁਸੀਂ ਤੋਂ ਵਾਰੰਟ ਨਹੀਂ ਉਹਨਾਂ ਨੂੰ ਕੀਤਾ ਕੋਈ ਉਹਨਾਂ ਦੀ ਅਰੈਸਟ ਨਹੀਂ ਕੀਤੀ ਹੈਗੀ ਆਲ ਆਫ ਸਟਨ ਸਾਰਾ ਕੁਝ ਤੁਸੀਂ ਪੰਜਰ ਨੂੰ ਚੱਕ ਕੇ ਲਾਤਾ ਹੈ ਜਦੋਂ ਕਿ ਸੁਪਰੀਮ ਕੋਰਟ ਦੀਆਂ ਨੰਬਰ ਆਫ ਲੈਂਡਮਾਰਕ ਜਜਮੈਂਟਸ ਨੇ ਉਹ ਕਹਿੰਦੀਆਂ ਨਹੀਂ ਕਿ ਜਿਹੜੇ ਬੰਦੇ ਤੇ ਐਨਐਸਏ ਲਗਣੀ ਹੈ ਪਹਿਲੇ ਉਹਦਾ ਰਿਕਾਰਡ ਹੋਣਾ ਚਾਹੀਦਾ ਹੈ ਉਹਦੀਆਂ ਗਰਾਉਂਡ ਮਤਲਬ ਉਹਦੇ ਨਾਲ ਰਿਲੇਟਡ ਐਵੀਡੈਂਸ ਹੋਣੀ ਚਾਹੀਦੀ ਹੈ ਕਿ ਉਹਨੇ ਕਿਹੜੇ ਕਿਹੜੇ ਐਸਈ ਅਕਰੈਂਸੀਸ ਕੀਤੀਆਂ ਨੇ ਜਿਹਦੇ ਕਰਕੇ ਐਨਐਸਏ ਲਾਈ ਜਾ ਸਕਦੀ ਹੈ ਉਸ ਕਿਸਮ ਦੀ ਕੋਈ ਡਿਟੇਲ ਨਹੀਂ ਹੈ ਕਿ ਕੁਣ ਮਾਂ ਚ ਤੁਸਲਾ ਦੇਣਾ ਚਾਹੁੰਦਾ ਕਿ ਤੁਹਾਡੀ ਪਰਫਾਰਮੈਂਸ ਫਰਗਾੜੀ ਚ ਬੜੀ ਚੰਗੀ ਰਹੀ ਹੈ ਕਿ ਜਿਸ ਵਕਲ ਤੋਂ ਅਮਰਿੰਦਰ ਸਿੰਘ ਕਰਦਾ ਸੀ ਪੰਨਾ ਲਗਾਤਾਰ ਕਨਾਈਵੈਂਸ ਰਿਹਾ ਮੁਸਲਮਾਨਾਂ ਦੇ ਨਾਲ ਕੋ ਪਰਚਾ ਦਰਜ ਕੀਤਾ ਤੇ ਦਲੇਰੀ ਦਿਖਾਈਏ ਅਜ਼ਨਾਲੇ ਦੇ ਵਿੱਚ ਤੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਹੈ ਕਿ ਤੁਸੀਂ ਭਾਈ ਉੱਥੇ ਬੰਦੇ ਨਹੀਂ ਮਾਰੇ ਪਰ ਜੇ ਕਿ ਸਟੇਟ ਦੇ ਵਿੱਚ ਸਿੱਖ ਵਿਰੋਧੀ ਲੋਕ ਚਾਹੁੰਦੇ ਸੀ ਕਿ 100 ਬੰਦੇ ਉੱਥੇ ਕੋਲ ਸ਼ੂਟ ਕਰਦੀ ਫਿਰ ਸ਼ਾਂਤੀ ਹੋਣੀ ਸੀ ਅੱਜ ਵੇਖੋ ਕਿ ਚਾਹੇ ਉਹ ਦਿੱਲੀ ਦੇ ਵਿੱਚ ਕਿਉਂ ਪੀਐਚੀ ਕਾਂਗਰਸ ਹੈ ਸਿੱਖਾ ਨਾਲ ਅਜੇ ਤੱਕ ਟੇਬਲ ਤੇ ਨਹੀਂ ਬੈਠੀ ਇਸ ਤੱਕ ਸਰ ਨੂੰ ਪੁੱਛ ਨਹੀਂ ਗਿਆ ਕਿ ਕੋਟਾ ਪੋਲੀਟਿਕਲ ਇਸ਼ੂਜ਼ ਹੈ ਕੀ ਨੇ ਟੋਡੀ ਡਿਮਾਂਡਸ ਕੀ ਨੇ ਅਜੇ ਵੀ ਕੁਝ ਨਹੀਂ ਗਿਆ ਸਭਾ ਨਹੀਂ ਵਿਗੜਿਆ ਹੈਗਾ ਤੁਸੀਂ ਟੇਬਲ ਤੇ ਸਿੱਖਾ ਨਾਲ ਬੈ ਕੇ ਗੱਲ ਕਰੋ ਕਿ ਟੇਬਲ ਤੇ ਬੈ ਕੇ ਮਸਲਾ ਹੋਣਾ ਇਹ ਤਾਂ ਸਾਨੂੰ ਕ੍ਰੈਡਿਟ ਜਾਊਗਾ ਭਾਈ ਇਸ ਤਰ੍ਹਾਂ ਜੀ ਜੇ ਪੁਲਸ ਐਕਸੈਸ ਕਰੋਗੇ ਪਾਵਰਸ ਨੂੰ ਮਿਸਯੂਜ਼ ਕਰਕੇ ਬੰਦਿਆਂ ਤੇ ਅਤਿਆਚਾਰ ਕਰੋਗੇ ਤੇ ਜਿਵੇਂ ਬਿਆਨ ਸਿੰਘ ਨੂੰ ਲੋਕ ਮਾੜਾ ਸਮਝਦੇ ਨੇ ਜਿਵੇਂ ਬਾਦਲਰ ਨੂੰ ਲੋਕ ਮਾੜਾ ਸਮਝਦੇ ਨੇ ਉਸੇ ਕੈਟਾਗਰੀs ਤੁਸੀਂ ਚਲੇ ਜਾਓ 74 ਦੇ ਨਾਲ ਜੁੜੇ ਹੋ ਮਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬ ਦੇ ਅੰਦਰ ਸੱਤਾ ਪਰਵਰਤਨ ਹੋਇਆ ਹੈ ਪਰ ਦੂਜੇ ਪਾਸੇ ਅਜਿਹੜੀਆਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਵੀ ਅਮਰਪਾਲ ਸਿੰਘ ਦੇ ਪੂਰੇ ਘਟਨਾਕਰਮ ਵਾਪਰਨ ਤੋਂ ਬਾਅਦ ਸ਼ੁਰੂ ਹੋ ਚੁੱਕਾ ਹੈ 18 ਮਾਰਚ ਤੋਂ ਬਾਅਦ ਲਗਾਤਾਰ ਜਿਹੜੀਆਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਤਾਂ ਪਰ ਵੱਡੇ ਸਵਾਲ ਲਿਆ ਚਿੰਨ ਇਹ ਵੀ ਲਾਏ ਜਾ ਰਹੇ ਨੇ ਕਿ ਅਸਲ ਦੇ ਵਿੱਚ ਗ੍ਰਿਫਤਾਰੀਆਂ ਕਿਉਂ ਹੋ ਰਹੀਆਂ ਨੇ ਕਿਉਂ ਜਿਹੜੇ ਬੇਕਸੂਰ ਨੌਜਵਾਨ ਨੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਟੱਕਿਆ ਜਾ ਰਿਹਾ ਸੱਚਮੁੱਚ ਉਹ ਨੌਜਵਾਨ ਜਿਹੜੇ ਬੇਕਸੂਰ ਨੇ ਜਾਂ ਫਿਰ ਜਾਣਬੁੱਝ ਕੇ ਸਰਕਾਰ ਦੇ ਵੱਲੋਂ ਜਾਂ ਕੇਂਦਰੀ ਦਸਤਿਆਂ ਦੇ ਵੱਲੋਂ ਜਾਨ ਬੋਟ ਕਿ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸੇ ਇਹ तमाम ਕੇਸਾਂ ਨੂੰ ਲੈ ਕੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਕਾਨੂੰਨੀ ਮਾਹਿਰ ਸੀਨੀਅਰ ਵਕੀਲ ਸਰਦਾਰ ਸਿਮਰਜੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਸਰ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਅਮਰਪਾਲ ਸਿੰਘ ਦੇ ਇਹ ਕਟਨਾ ਕਰਮ ਤੋਂ ਬਾਅਦ ਦੀ ਗੱਲ ਕਰੀਏ ਤਾਂ 18 ਮਾਰਚ ਤੋਂ ਬਾਅਦ ਲਗਾਤਾਰ ਨੌਜਵਾਨਾਂ ਦੀਆਂ ਪੰਜਾਬ ਦੇ ਵਿੱਚੋਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਹਰਿਆਣਾ ਦੇ ਵਿੱਚੋਂ ਗ੍ਰਿਫਤਾਰੀਆਂ ਹੋ ਚੁੱਕ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਜੀ ਪੂਰੇ ਕਟਨਾ ਕਰਮਨ ਦੀ ਕੋਈ ਸਾਰੀ ਕਿ ਇਸ ਦੇ ਵਿੱਚ ਮੇਰੀ ਬਹੁਤ ਕਲੀਅਰ ਅਬਜ਼ਰਵੇਸ਼ਨ ਹੈ ਕਿ ਭਾਈ ਅਮਰਿਤਪਾਲ ਸਿੰਘ ਦੋ ਹੀ ਕੰਮ ਕਰ ਰਿਹਾ ਸੀ ਇੱਕ ਤਰ੍ਹਾਂ ਦਾ ਪ੍ਰਚਾਰ ਕਰ ਰਿਹਾ ਸੀ ਦੂਜਾ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਿਹਾ ਤੇ ਨਸ਼ੇ ਦੇ ਵਿੱਚ ਵੇਖੋ ਹਾਈ ਕੋਰਟ ਨੇ ਵੀ ਹੁਣ ਕਾਗਜ਼ ਖੋਲੇ ਨੇ ਆਪ ਦੀਆਂ ਇਨਵੈਸਟੀਗੇਸ਼ਨਸ ਦੀ ਰਿਪੋਰਟ ਚਾਰ ਖੋਲੀਆਂ ਨਹੀਂ ਵੱਡੇ ਵੱਡੇ ਰਾਜਨੀਤਿਕ ਲੋਕ ਜਿਹੜੇ ਕਿ ਵੱਡੇ ਵੱਡੇ ਲੀਡਰ ਨੇ ਸਮਾਜ ਦੇ ਵੱਡੇ ਵੱਡੇ ਜਿਹੜੇ ਆਪ ਦੇ ਆਪ ਨੂੰ ਹੁਣ ਠੇਕੇਦਾਰ ਸਮਝਦੇ ਹੋ ਉਹ ਇਹ ਨਸ਼ੇ ਦੇ ਕਾਰੋ ਵਿੱਚ ਇਨਵੋਲ ਹੈਗੇ ਨਹੀਂ ਇਕਤ ਪ੍ਰੈਸ਼ਰ ਹੈਗਾ ਜਿਹੜੇ ਨਸ਼ੇ ਦੇ ਕਾਰੋਬਾਰ ਕਰ ਰਹੇ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਧਰਮ ਦੇ ਪ੍ਰਚਾਰ ਤੇ ਨਸ਼ੇ ਦੇ ਖਿਲਾਫ ਕੰਮ ਕਰਨ ਵਾਲੇ ਉਹਨਾਂ ਤੇ ਪਰਪਰ ਨੂੰ ਫਰਕ ਪੈਂਦਾ ਹੈ। ਦੂਸਰਾ ਮੈਂ ਮਹਿਸੂਸ ਕਰਦਾ ਕਿ ਅੰਮ੍ਰਿਤਪਾਲ ਨੂੰ ਤੇ ਉਹਦੇ ਨਾਲ ਦੇ ਜਿਹੜੇ ਸਿੱਖ ਨੇ ਉਹ ਇਸ ਕਰਕੇ ਟਾਰਗੇਟ ਹੋ ਰਹੇ ਨੇ ਕੋ ਸਿੱਖ ਹੈਗੇ ਨਹੀਂ। ਹੋਰ ਉਹਨਾਂ ਨੂੰ ਕੋਈ ਰੀਜ਼ਨ ਨਹੀਂ ਹੈਗਾ ਸਰਕਾਰ ਦਾ ਦੂਜਾ ਟਾਰਗੇਟ ਕਰਨ ਦਾ। ਉਹਨਾਂ ਤੇ ਇੰਨਾ ਕੁਝ ਹੋ ਰਿਹਾ ਹੈ ਮੈਨੂੰ ਇਹ ਲਗਾਤਾਰ ਅਲੀਗੇਸ਼ਨਸ ਆ ਰਹੇ ਨੇ ਕਿ ਉਹ ਨੂੰ ਆਈਐਸ ਫੰਡਿੰਗ ਕਰ ਰਹੀ ਹੈ। ਇਨਾਂ ਨੂੰ ਕੋਈ ਫੰਡਿੰਗ ਕਰ ਰਿਹਾ ਹੈ ਤੇ ਮੇਰਾ ਵਿਚਾਰ ਹੈ ਕਿ ਸਭ ਤੋਂ ਵੱਡਾ ਬੰਦਾ ਹੈ ਤੇ ਜਿਹੜਾ ਆਈਐਸਆਈ ਦਾ ਹੈਗਾ ਉਹ ਕੈਪਟਨ ਅਮਨਿੰਦਰ ਸਿੰਘ ਨੇ ਜਿਹੜੇ ਸ਼ਰੇਆਮ ਕਾਂਗਰਸ ਵੀ ਕਹਿੰਦੀ ਹੈ ਭਾਜਪਾ ਦੇ ਲੀਡਰ ਵੀ ਕਹਿੰਦੇ ਸੀ ਜਿਹੜੀ ਉਹ ਆਂਦੀ ਸੀ ਜਿਹੜੀ ਉਹ ਮੈਡਮ ਅਰੂਸਾ ਹੈ ਉਹ ਕਿੱਡੀ ਵੱਡੀ ਹੈ ਉਹਦੀਆਂ ਰੂਟਸ ਕੀ ਹੈ ਕਿ ਨਹੀਂ ਸਾਰਿਆਂ ਨੂੰ ਪਤਾ ਹੈਗਾ ਕਿਉਂਕਿ ਉਹ ਸਰਕਾਰ ਦੀ ਕੁਸੜ ਚ ਬੈਠਿਆ ਹੋਇਆ ਇਸ ਕਰਕੇ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਹੁਣ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਭਗਵੰਤ ਮਾਨ ਜੀ ਨੇ ਇਨੇ ਦੇ ਫਰਾਂਸ ਦੇ ਵਿੱਚ ਸਤਨਾਮ ਸਿੰਘ ਨੇ ਜਿਹੜੇ ਬੱਬਰਾਂ ਦੇ ਬੜੇ ਸੀਨੀਅਰ ਲੀਡਰ ਨੇ ਬੱਬਰ ਖਾਲਸਾ ਦੇ ਉਹਨਾਂ ਕੋਲ ਫੰਡਸ ਲੈ ਕੇ ਆਏ ਨੇ ਅਜੇ ਤੱਕ ਕਿਸੇ ED ਨੇ ਕਿਸੇ CBI ਨੇ ਕਿਸੇ ਸੈਂਟਰਲ ਦੀ ਏਜੰਸੀ ਨੇ ਉਹਨਾਂ ਦੀ ਜਾਂਚ ਤਾਂ ਕੀਤੀ ਨਹੀਂ ਹੈਗੀ ਇੱਥੇ ਕੰਟੀਨਿਊਸਲੀ ਜਿਹੜਾ ਸਿੱਖ ਸੋਚ ਰੱਖਣ ਵਾਲਾ ਕੋਈ ਵੀ ਬੰਦਾ ਹੈਗਾ ਹੈ ਚਾਹੇ ਉਹ ਭਾਈ ਅਮਰਤਪਾਲ ਸਿੰਘ ਹੋਵੇ ਚਾਹੇ ਕੋਈ ਹੋਵੇ ਉਹ ਸਰਕਾਰ ਦੇ ਨਿਸ਼ਾਨੇ ਤੇ ਹੈ ਉਹਦਾ ਕਾਰਨ ਇੱਕ ਹੀ ਹੈ ਕਿ ਸਿੱਖ ਹੋਣਾ ਇੱਥੇ ਜਿਹੜਾ ਵਾ ਉਸ ਜਿਹੜਾ ਕੋਈ ਸਿੱਖ ਹੈ ਉਹਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਿਆਂ ਨਹੀਂ ਸਰਕਾਰ ਜੇ ਸਰ ਇਹਦੇ ਵਿੱਚ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਨੌਜਵਾਨਾਂ ਦੇ ਕੇਸਾਂ ਨੂੰ ਦੇਖ ਰਹੇ ਹੋ ਅਮਰਪਾਲ ਸਿੰਘ ਦੇ ਕੇਸਾਂ ਦੇ ਨੂੰ ਦੇਖ ਰਹੇ ਹੋ ਤਾਂ ਜੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਜਿਹੜੀਆਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਚਾਹੇ ਅਮਰਪਾਲ ਸਿੰਘ ਦੇ ਨੇੜਲੇ ਹੋਣ ਜਾਂ ਅਮਰਪਾਲ ਸਿੰਘ ਨੂੰ ਕਦੇ ਮਿਲੇ ਵੀ ਨਾ ਹੋਣ ਸਿੱਖ ਖਿਆਲਤ ਵਾਲੇ ਨੌਜਵਾਨ ਹੋਣ ਉਹਨਾਂ ਦੇ ਉੱਪਰ ਜਿਹੜੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ ਜਾਂ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ ਉਹਨਾਂ ਦਾ ਪੂਰਾ ਮਾਮਲਾ ਕੀ ਹੈ ਕਿਉਂ ਪਾਈਆਂ ਜਾ ਰਹੀਆਂ ਦੇਖੋ ਇੱਥੇ ਜਦੋਂ ਵੀ ਰੋਲਾ ਪੈਂਦਾ ਮੈਂ ਵੀ ਚੈਨਲਸ ਦੇ ਵਿੱਚ ਕਈ ਵਾਰੀ ਬੈਠਿਆ ਹੈ ਇਹ ਕਹਿੰਦੇ ਨੇ ਜੀ ਕਨਸਟੀਟਿਊਸ਼ਨ ਆਫ ਇੰਡੀਆ ਸੁਪਰੀਮ ਹੈ ਰੂਲ ਆਫ ਲਾ ਸੁਪਰੀਮ ਹੈ ਤੇ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਤੁਹਾਡੇ ਦੇਸ਼ ਦੇ ਲਾਫ ਲੈਂਡ ਨੂੰ ਫੋਲੋ ਕਰਨਾ ਚਾਹੁੰਦੇ ਹੋ ਲਾਫ ਲੈਂਡ ਸਾਡੇ ਤੇ ਵੀ ਲਾਗੂ ਕਰੋ ਜੇ ਤਾਂ ਲਾਫ ਲੈਂਡ ਦੇ ਵਿੱਚ ਸੇਫਗਾਰਡਸ ਦਿੱਤੀਆਂ ਹੋਈਆਂ ਨੇ ਸਰਕਾਰ ਨੇ ਆਰਟੀਕਲ 14 19 21 22 ਕਹਿੰਦਾ ਹੈ ਵੀ ਸਾਰੇ ਬੰਦੇ ਕਾਨੂੰਨ ਦੀ ਨਜ਼ਰ 'ਚ ਬਰਾਬਰ ਨੇ ਤੇ ਜਿਹੜੀਆਂ ਕਾਨੂੰਨ ਦੇ ਵਿੱਚ ਸੇਫਗਾਰਡਸ ਨਹੀਂ ਜਿਹੜੀਆਂ ਲਾਅ ਦੇ ਵਿੱਚ ਸੇਫਗਾਰਡਸ ਨਹੀਂ ਉਹ ਸਿੱਖਾਂ ਤੇ ਅਪਲਾਈ ਨਹੀਂ ਕਰਦੇ ਹੈਗੇ ਜਦੋਂ ਕੋਈ ਬੰਦਾ ਸਿੱਖ ਆ ਜਾਂਦਾ ਹੈ ਫਿਰ ਕਹਿੰਦੇ ਨੇ ਵੀ ਨਾ ਤਾਂ ਉਹਨੂੰ 24 ਘੰਟੇ ਦੇ ਵਿੱਚ ਮੈਜਿਸਟ੍ਰੇਟ ਕੋਲੇ ਪੇਸ਼ ਕਰਨਾ ਜ਼ਰੂਰੀ ਹੈ ਜੇ ਉਹਨੂੰ ਪ੍ਰੀਵੈਂਟਿਵ ਐਕਸ਼ਨ 'ਚ ਫੜਨਾ ਹੈ ਜਿਹਨੂੰ 57 ਬੋਲਦੇ ਹੈ सीआरपीसी ਦਾ ਕਾਨੂੰਨ ਹੈ ਕਿ ਪਹਿਲੇ ਉਸ ਬੰਦੇ ਨੂੰ ਨੋਟਿਸ ਦਿੱਤਾ ਜਾਂਦਾ ਵੀ ਤੂੰ ਬ੍ਰੀਚ ਕਿਹੜੀ ਪੀਸ ਆਫ ਕਰੇਗਾ ਨਾ ਨੋਟਿਸ ਪੇ ਜਿਆ ਜਾਂਦਾ ਹੈ ਨਾ ਹੀ ਐਸਜੀਪ ਉਸ ਬੰਦੇ ਦੇ ਬੀਲ ਬਾਂਡ ਲੈਂਦਾ ਹੈ ਨਾ ਹੀ ਉਹਨੂੰ ਜਿਹੜੇ ਉਹਦੇ ਖਿਲਾਫ ਕਾਗਜ਼ ਨੇ ਉਹ ਦਿੱਤੇ ਜਾਂਦੇ ਹੈਗੇ ਨਹੀਂ ਇਹਦਾ ਮਤਲਬ ਜਿਹੜਾ ਰੂਲ ਆਫ ਲਾ ਹੈਗਾ ਵਾ ਉਹ ਕੱਲਾ ਸਿੱਖਾਂ ਤੇ ਜਿਹੜੇ ਸਿੱਖ ਥਾਟ ਰੱਖਣ ਵਾਲੇ ਬੰਦੇ ਨਹੀਂ ਜਿਹੜੇ ਸਰਕਾਰ ਦੇ ਤੱਕ ਕਿਸੇ ਦੇ ਖਿਲਾਫ ਕਰਦੇ ਨੇ ਉਹਨਾਂ ਤੇ ਇਸ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਪੰਜਾਬ ਦੇ ਵਿੱਚ ਵੇਖੋ ਐਨਾ ਜ਼ੁਲਮ ਹੋਇਆ ਪਿਛਲੇ 15 ਦਿਨਾਂ ਦੇ ਵਿੱਚ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨੇ ਅਜੇ ਤੱਕ ਡਾਟਾ ਹੀ ਨਹੀਂ ਮੰਗਿਆ ਹੈਗਾ ਸਰਕਾਰ ਕੋਲੇ ਕਿੰਨੇ ਬੰਦੇ ਫੜੇ ਗਏ ਨੇ ਕਦੇ ਸਰਕਾਰ ਕਹਿੰਦੀ ਹੈ ਕਿ ਅਸੀਂ 400 ਬੰਦਾ ਫੜਿਆ ਹੈ ਕਦੇ ਕੋਈ ਹੈ ਆ ਰੋਜ਼ ਹੀ ਕਈ ਫੋਨ ਆਉਂਦੇ ਨੇ ਅੱਜ ਆ ਚੱਕ ਲਿਆ ਅੱਜ ਉਹ ਛੁੱਕ ਲਿਆ ਚੰਗੇ ਚੰਗੇ ਸੀਨੀਅਰ ਬੰਦਿਆਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਨਾਲ ਮਿਸਬੀਹੇਵ ਕੀਤਾ ਜਾ ਰਿਹਾ ਹੈ ਉੱਤੇ ਠੀਕ ਆਪਣੇ ਪ੍ਰਚਾਰਕ ਨੇ ਭਾਈ ਦਵਿੰਦਰ ਸਿੰਘ ਹਰੀਏਵਾਲ ਉਹ ਬਾਪਤਾ ਅਲਾਸ ਕਰਾ ਕੇ ਆਇਆ ਹੈ 3 ਦਿਨ ਜਲੰਧਰ ਹਸਪੀਟਲ ਦੇ ਵਿੱਚੋਂ ਕਿਉਂਕਿ ਉਹ ਆਰਮੀ ਚੋਰ ਦਾ ਟ੍ਰੈਡ ਹੈ ਤੇ ਉਹਤੇ ਬਾਪਤੀ ਜਿਹੜੀ ਪਾਈਪ ਲਾਈ ਸੀ ਪਿਸ਼ਾਬ ਵਾਲੀ ਸੀ ਨਾਲ ਪਾਈਪ ਸੀ ਜ਼ੁਰਨ ਪਾਸ ਕਰਨ ਲਈ ਉਹ ਖਿੱਚ ਦਿੱਤੀ ਗਈ ਉਹਨੂੰ ਦੁਬਾਰਾ ਆਪਰੇਸ਼ਨ ਕਰਾਉਣਾ ਪਿਆ ਉਹਦੇ ਘਰੋਂ ਕਈ ਚੀਜ਼ਾਂ ਮਿਸਿੰਗ ਨੇ ਤਾਲੇ ਤੋੜ ਕੇ ਪੁਲਿਸ ਨੇ ਆਮ ਹਾਰਿਸ ਮੰਚਕਲੇ ਤੇ ਕਿਸੇ ਨੂੰ ਉਹ ਲਿਸਟ ਆਫ ਪ੍ਰਾਪਰਟੀ ਵੀ ਨਹੀਂ ਦੱਸੀ ਕਿ ਅਸੀਂ ਕੀ ਚੱਕ ਕੇ ਲੈ ਜਾ ਰਹੇ ਹਾਂਗੇ ਸੂ ਬੜਾ ਇਹ ਜਿਹੜਾ ਸਾਰਾ ਕੁਝ ਹੈ ਇੱਥੇ ਲਾਅ ਆਫ ਦਾ ਲੈਂਡ ਜਿਹੜਾ ਫੋਲੋ ਨਹੀਂ ਕੀਤਾ ਜਾ ਰਿਹਾ ਜਿਹੜੀ ਡਿਊ ਪ੍ਰੋਸੈਸ ਆਫ ਲਾਅ ਹੈ ਘਟੂ ਘਟ ਉਹ ਤਾਂ ਫੋਲੋ ਕਰ ਲੋ ਜੇ ਤੁਸੀਂ ਡਿਊ ਪ੍ਰੋਸੈਸ ਆਫ ਲਾਅ ਫੋਲੋ ਨਹੀਂ ਕਰਨੀ ਹੈਗੀ ਫਿਰ ਇਹ ਬੰਦਿਆਂ ਨੂੰ ਸਿੱਧਾ ਪਰਸੀਕਿਊਟ ਕਰਦੇ ਹੋ ਫਿਰ ਇਹ ਡਰਾਮਾ ਕਿਉਂ ਹੋ ਰਿਹਾ ਜੇ ਸਾਰਾ ਆਪਾਂ ਇਹਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਅਮਰਤਪਾਲ ਸਿੰਘ ਦੇ ਸਾਥੀ ਨੇ ਜਿਸ ਤਰੀਕੇ ਦੇ ਨਾਲ ਸਾਮਦੇ ਡਿਬਿਊਗਰ ਦੇ ਵਿੱਚ ਭੇਜ ਦਿੱਤੇ ਗਏ ਨੇ ਉਹਨਾਂ ਕਿਸਾ ਨੂੰ ਵੀ ਤੁਸੀਂ ਦੇਖ ਰਹੇ ਹੋ ਜੀ ਦਿੱਖੋ ਉੱਥੇ ਟੋਟਲ ਫਿਲਹਾਲ 6 ਬੰਦੇ ਸੀ ਲਾਸਟ ਹੁਣ ਕੋ ਨਵਾਂ ਨਾਂ ਪੱਜਿਆ ਹੋਏ ਮੇਰੇ ਨੋਟਿਸ 'ਚ ਨਹੀਂ ਹੈਗਾ ਉੱਥੇ ਸੀ ਫਿਲਹਾਲ 2 ਬੰਦਿਆਂ ਦਾ ਡੀਲ ਕਰ ਰਿਹਾ ਇੱਕ ਤਾਂ ਹੈਗੇ ਨੇ ਅ ਦਲਜੀਤ ਕਲਸੀ ਜਿਹੜੇ ਫਿਲਮੀ ਕਲਾਕਾਰ ਨੇ ਇੱਕ ਦੂਸਰਾ ਹੈਗੇ ਨੇ ਗੋਰੋਜ਼ਲਾ ਨੇ ਜਿਹੜੇ ਯੂਕੀ ਤੋਂ ਆਏ ਸੀ ਜਿਨ੍ਹਾਂ ਨੂੰ ਫੜਿਆ ਇਹਨਾਂ ਨੇ ਜਿਹੜੇ ਕਲਸੀ ਸਾਹਿਬ ਨੇ ਉਹਨਾਂ ਦੇ ਕੇਸ 'ਚ ਅਸੀਂ ਐਨਐਸਏ ਨੂੰ ਚੈਲੰਜ ਕੀਤਾ ਹੈਗਾ ਤੇ ਜਿਹੜੀ ਗੋਰੋਜ਼ਲਾ ਦਾ ਕੇਸ ਹੈ ਉਹਦੇ ਚੱਸੀ ਜਿਹੜੀਆਂ ਸੇਫ ਕਾਰਡ ਸਰਕਾਰ ਨੇ ਪ੍ਰੋਵਾਈਡ ਕੀਤੀਆਂ ਨੇ ਸਰਕਾਰ ਫੋਲੋ ਨਹੀਂ ਕਰ ਰਹੀ ਉਹਨੂੰ ਚੈਲੰਜ ਕੀਤਾ ਹੈਗਾ ਕਿ ਇਹਨਾਂ ਜਿੰਨੇ ਵੀ ਐਨਐਸਏ ਦੇ ਕੇਸ ਡਿਬੂਗੜ੍ਹ ਚ ਬੰਦ ਹੈਗੇ ਨੇ ਉਹਨਾਂ ਨੂੰ ਰਾਈਟ ਟੂ ਇੰਗੇਜ ਲੀਗਲ ਕਾਉਂਸਲ ਉਹਨਾਂ ਤੇ ਕਾਗਜ਼ ਉਹਨਾਂ ਨੂੰ ਦਿੱਤੇ ਜਾਣ ਉਹਨਾਂ ਨੂੰ ਉਹਨਾਂ ਦੀ ਫੈਮਿਲੀਜ਼ ਨਾਲ ਤੇ ਵਕੀਲਾਂ ਨਾਲ ਲੀਗਲ ਮੁਲਾਕਾਤਾਂ ਦਾ ਰਾਈਟ ਦਿੱਤਾ ਜਾਏ ਇਹ ਅਸੀਂ ਦੋ ਐਂਗਲਸ ਤੋਂ ਹਾਈ ਕੋਰਟ ਚ ਪਾਈ ਨਹੀਂ ਜੀ ਜਿਸ ਤਰੀਕੇ ਦੇ ਨਾਲ ਜੇ ਆਪਾਂ ਜਿਹੜੇ ਨੌਜਵਾਨਾਂ ਦੇ ਉੱਪਰ ਐਨਐਸਏ ਲਗਾਇਆ ਗਿਆ ਜੇ ਉਹਨਾਂ ਦੀ ਗਤੀਵਿਧੀਆਂ ਨੂੰ ਜਾਂ ਪ੍ਰਤੀਕਿਰਿਆਵਾਂ ਨੂੰ ਦੇਖਿਆ ਜਾਵੇ ਕੀ ਲੱਗਦਾ ਹੈ ਕਿ ਉਹਨਾਂ ਨੌਜਵਾਨਾਂ ਦੇ ਉੱਪਰ ਐਨਐਸਏ ਲਾਉਣਾ ਔਰ ਤੁਹਾਡੇ ਵੱਲੋਂ ਚੈਲੰਜ ਕਰਨਾ ਤੇ ਕਿਤੇ ਨਾ ਕਿਤੇ ਐਨਐਸਏ ਟੁੱਟ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਟੁੱਟਣਾ ਚਾਹੀਦਾ ਸੀ ਐਨਐਸਏ ਜਿੰਨੀ ਵਾਰੀ ਵੀ ਟੁੱਟਿਆ ਹੈ ਦੇਖੋ ਜੂਪੀ ਦੇ ਵਿੱਚ ਇਹਨਾਂ ਨੇ 94 ਪਰਚੇ ਦਰਜ ਕੀਤੇ ਸੀ ਅਰਾਊਂਡ 34 ਜ਼ਿਲ੍ਹਿਆਂ ਦੇ ਵਿੱਚ ਬੀਜਪੀ ਨੇ ਕੀਤੇ ਸੀ ਉਹ ਸਾਰੇ ਇਲਾਹਾਬਾਦ ਹਾਈ ਕੋਰਟ ਨੇ ਸਕ੍ਰੈਪ ਕੀਤੇ ਨੇ ਅਸੀਂ ਵੀ اسی ਗੱਲ ਤੇ ਹੈਗੇ ਆਂ ਕਿ ਜਿਹੜੀ ਡਿਊ ਪ੍ਰੋਸੈਸ ਆਫ ਫਲੋ ਹੈ ਉਹ ਫੋਲੋ ਹੀ ਨਹੀਂ ਕੀਤੀ ਗਈ। ਜਦੋਂ 18 ਮਾਰਚ ਤੋਂ ਪਹਿਲੇ ਕਿਸੇ ਦਾ ਕ੍ਰਿਮੀਨਲ ਟਰੈਕ ਹੀ ਨਹੀਂ ਹੈਗਾ। ਜੇ ਤੁਸੀਂ ਕੋਈ ਝੂਠੇ ਸੱਚੇ ਪਰਚਿਆਂ 'ਚ ਉਹਨਾਂ ਦੇ ਨਾਂ ਪਾਏ ਨਹੀਂ ਤਾਂ ਉਹਦੇ 'ਚ ਵੀ ਐਫਆਰ ਅਪਲੋਡ ਨਹੀਂ ਕੀਤੀ ਹੈ। ਉਹਨਾਂ ਕੇਸਾਂ ਦੇ ਵਿੱਚ ਤੁਸੀਂ ਕੋਈ ਵਾਰੰਟ ਨਹੀਂ ਉਹਨਾਂ ਨੂੰ ਕੀਤਾ ਹੈ। ਕੋਈ ਉਹਨਾਂ ਦੀ ਅਰੈਸਟ ਨਹੀਂ ਕੀਤੀ ਹੈਗੀ। ਆਲ ਆਫ ਸਰਟਨ ਸਾਰਾ ਕੁਝ ਤੁਸੀਂ ਬੰਦਿਆਂ ਨੂੰ ਚੱਕ ਕੇ ਲਾਤਾ ਹੈ। ਜੋ ਕਿ ਸੁਪਰੀਮ ਕੋਰਟ ਦੀਆਂ ਨੰਬਰ ਆਫ ਲੈਂਡਮਾਰਕ ਜਜ਼ਮੈਂਟਸ ਨੇ ਉਹ ਕਹਿੰਦੀਆਂ ਨਹੀਂ ਕਿ ਜਿਹੜੇ ਬੰਦੇ ਤੇ NSA ਲਗਣੀ ਹੈ ਪਹਿਲੇ ਉਹਦਾ ਰਿਕਾਰਡ ਹੋਣਾ ਚਾਹੀਦਾ ਹੈ ਉਹਦੀਆਂ ਗਰਾਉਂਡ ਮਤਲਬ ਹੋਰ ਤੇ ਨਾਲ ਰਿਲੇਟਡ ਐਵੀਡੈਂਸ ਹੋਣੀ ਚਾਹੀਦੀ ਹੈ ਕਿ ਉਹਨੇ ਕਿਹੜੇ ਕਿਹੜੇ ਐਸਸੀ ਅਕਰੈਂਸਸ ਕੀਤੀਆਂ ਨੇ ਜਿਹਦੇ ਕਰਕੇ NSA ਲਾਈ ਜਾ ਸਕਦੀ ਹੈ ਉਸ ਕਿਸਮ ਦੀ ਕੋਈ ਡਿਟੇਲ ਨਹੀਂ ਹੈਗੀ ਤੇ ਨੰਬਰ ਆਫ ਲੀਗਲ ਲੈਪਸ ਹੈਗੇ ਨੇ ਜਿਨ੍ਹਾਂ ਤੇ ਬਿਸੀਸ ਤੇ ਸਾਨੂੰ ਲੱਗਦਾ ਹੈ ਕਿ ਇਹ ਜਿਹੜੀ NSA ਟੁੱਟ ਜਾਊਗੀ ਸਰ ਇਹਦੇ ਵਿੱਚ ਅਖੀਰਲੇ ਵਿੱਚ ਸਵਾਲ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਦਾਵਾ ਕਰਦੇ ਨੇ ਕਿ 300 ਦੇ ਕਰੀਬ ਜਿਹੜੇ ਨੌਜਵਾਨ ਸੀ ਪੁਲਿਸ ਹਿਰਾਸਤ ਦੇ ਵਿੱਚ ਕੁਝ ਸ਼ੱਕ ਦੇ ਕਾਰਨ ਲਏ ਗਏ ਸਨ ਤਾਂ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜਾ ਸੀ ਤਕਰੀਬਨ ਉਹਨਾਂ ਦੇ ਵਿੱਚੋਂ 30 ਕ ਨੌਜਵਾਨ ਨੇ ਜਿਹੜੇ ਅਮਰਤਪਾਲ ਸਿੰਘ ਦੇ ਮਾਮਲੇ ਦੇ ਨਾਲ ਜੁੜਦੇ ਨੇ ਰੱਖੇ ਗਏ ਨੇ ਬਾਕੀ ਸਾਰਿਆਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਦੇ ਦਾਅਵੇ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਘਟਨਾਕਰਮ ਵੀ ਤੁਹਾਡੇ ਧਿਆਨ ਦੇ ਵਿੱਚ ਆਏ ਰਹੇ ਨੇ ਜਾਂ ਪਰਿਵਾਰਾਂ ਨੇ ਅਪਰੋਚ ਕੀਤਾ ਤੁਹਾਡੇ ਤੱਕ ਕਿ ਜਿਹੜੇ ਸਾਡੇ ਨੌਜਵਾਨ ਜਾਨ ਜਿਹੜੇ ਸਾਡੇ ਬੱਚੇ ਜਾਂ ਭਰਾ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਦੇਖੋ ਇਹ ਤੇ ਸਰਕਾਰ ਦੇ ਦਾਅਵੇ ਹੈਗੇ ਨਹੀਂ ਅਸੇ ਤੱਕ ਕੋਈ ਡਾਟਾ ਨਹੀਂ ਹੈਗਾ ਫੜਿਆ ਕਿਉਂ ਹੈ ਜੇ ਕਿਸੇ ਨੇ ਕੋਈ ਕਾਨੂੰਨੀ ਅਪਰਾਧ ਕੀਤਾ ਤਾਂ ਫਿਰ ਉਹਨੂੰ ਛੱਡਣਾ ਕਿਉਂ ਹੈਗਾ ਜੇ ਉਹਨੇ ਅਪਰਾਧ ਨਹੀਂ ਕੀਤਾ ਤਾਂ ਉਹਨੂੰ ਫੜਿਆ ਕਿਉਂ ਹੈ ਪਹਿਲੇ ਤੇ ਸਰਕਾਰ ਨੂੰ ਇਹ ਚੀਜ਼ਾਂ ਕਲੀਅਰ ਕਰਨੀਆਂ ਚਾਹੀਦੀਆਂ ਹਨ ਜਿੱਤੋਂ ਤੱਕ ਮੇਰਾ ਸਬੰਧ ਹੈ ਮੈਂ ਭਗਵੰਤ ਮਾਨ ਜੀ ਨੂੰ ਸਲਾਹ ਦੇਣਾ ਚਾਹੁੰਦਾ ਕਿ ਤੁਹਾਡੀ ਪਰਫਾਰਮੈਂਸ ਬਰਗਾੜੀ ਚ ਬੜੀ ਚੰਗੀ ਰਹੀ ਹੈ ਕਿ ਜਿਸ ਕੱਲ ਤੋਂ ਅਮਰਿੰਦਰ ਸਿੰਘ ਡਰਦਾ ਸੀ ਹਨ ਲਗਾਤਾਰ ਕਨਾਈਵੈਂਸ ਰਹੀ ਹੈ ਮੁਜ਼ਮਰਮਨਾਂ ਦੇ ਨਾਲ ਤੂੰ ਪਰਚਾ ਦਰਜ ਕੀਤਾ ਤੇ ਦਲੇਰੀ ਦਿਖਾਈ ਹੈ ਅਜ਼ਨਾਲੇ ਦੇ ਵਿੱਚ ਤੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਕਿ ਤੁਸੀਂ ਭਾਈ ਉੱਥੇ ਬੰਦੇ ਨਹੀਂ ਮਾਰੇ ਅਜੇ ਕਿ ਸਟੇਟ ਦੇ ਵਿੱਚ ਸਿੱਖ ਵਿਰੋਧੀ ਲੋਕ ਚਾਹੁੰਦੇ ਸੀ ਕਿ 10 ਵੀ ਬੰਦੇ ਉੱਥੇ ਪੁਲਿਸ ਸ਼ੂਟ ਕਰਦੀ ਫਿਰ ਸ਼ਾਂਤੀ ਹੋਣੀ ਸੀ ਤੇ ਜਿਸ ਟਰੰਗ ਨਾਲ ਹੁਣ 15-16 ਦਿਨ ਤੋਂ ਤੁਸੀਂ ਕੀਤਾ ਹੈ ਇਹ ਵਾਜਬ ਨਹੀਂ ਹੈ ਇਹ ਇੱਕ ਕੋਈ ਇੱਕ ਕ੍ਰਿਮినਲ ਲੋਕ ਨਹੀਂ ਹੈਗੇ ਇਹ ਰਾਜਨੀਤਿਕ ਲੋਕ ਨੇ ਧਾਰਮਿਕ ਲੋਕ ਨੇ ਇਹ ਜਿਹੜਾ ਸਿੱਖਾਂ ਦੀ ਸਮੱਸਿਆ ਹੈਗੀ ਆ ਪੋਲਿਟਿਕਲ ਸਮੱਸਿਆ ਹੈ ਮੈਂ ਪਹਿਲੇ ਵੀ ਕਈ ਵਾਰੀ ਕਹਿ ਰਿਹਾ ਹੁਣ ਵੀ ਕਹਿ ਰਿਹਾ ਕਿ ਇਹ ਸਾਰੀ ਗੱਲ ਦਾ ਹੱਲ ਟੇਬਲ ਤੇ ਬੈਠ ਕੇ ਹੋਣਾ ਹੈ ਦਿੱਲੀ ਨੂੰ ਅੱਜ ਵੇਖੋ ਕਿ ਚਾਹੇ ਉਹ ਦਿੱਲੀ ਦੇ ਵਿੱਚ ਭਾਜਪਾ ਹੈ ਚਾਹੇ ਕਾਂਗਰਸ ਹੈ ਸਿੱਖਾਂ ਨਾਲ ਅਜੇ ਤੱਕ ਟੇਬਲ ਤੇ ਨਹੀਂ ਬੈਠੇ ਅਸਟਖਸਾਨ ਨੇ ਪੁੱਛਿਆ ਨਹੀਂ ਗਿਆ ਕਿ ਤੁਹਾਡਾ ਪੋਲਿਟਿਕਲ ਇਸ਼ੂਜ਼ ਹੈ ਕੀ ਨੇ ਤੁਹਾਡੀ ਡਿਮਾਂਡਸ ਕੀ ਨੇ ਅਸੀਂ ਭਗਵੰਤ ਨੂੰ ਸਲਾਹ ਦਿਆਂਗੇ ਭਾਈ ਅਜੇ ਵੀ ਕੁਝ ਨਹੀਂ ਗਿਆ ਸਭਾ ਨਹੀਂ ਵਿਗੜਿਆ ਹੈਗਾ ਤੁਸੀਂ ਟੇਬਲ ਤੇ ਸਖਾਣਾ ਬਹਿ ਕੇ ਗੱਲ ਕਰੋ ਇਹ ਟੇਬਲ ਤੇ ਬਹਿ ਕੇ ਮਸਲਾ ਹੋਣਾ ਇਹ ਤਾਂ ਤੈਨੂੰ ਕ੍ਰੈਡਿਟ ਜਾਊਗਾ ਭਾਈ ਤੇ ਇਹ ਸਟੱਗਨਾ ਜੇ ਜੇ ਪੁਲਸ ਐਕਸੈਸ ਕਰੋਗੇ ਪਾਵਰਸ ਨੂੰ ਮਿਸਯੂਜ਼ ਕਰਕੇ ਬੰਦਿਆਂ ਤੇ ਅਤਿਆਚਾਰ ਕਰੋਗੇ ਤੇ ਜਿਵੇਂ ਬਿਆਨ ਸਿੰਘ ਨੂੰ ਲੋਕ ਮਾੜਾ ਸਮਝਦੇ ਨੇ ਜਿਵੇਂ ਬਾਦਲਾ ਨੂੰ ਲੋਕ ਮਾੜਾ ਸਮਝਦੇ ਨੇ ਉਸੇ ਕੈਟਾਗਰੀ ਤੁਸੀਂ ਚਲੇ ਜਾਓਗੇ ਅਖੀਰ ਵਿੱਚ ਸਰ ਮੈਸੇਜ ਤੁਹਾਡੇ ਵੱਲੋਂ ਕੋਈ ਸੁਰਤਿਆ ਨੂੰ ਸਾਡਾ ਇਹ ਹੈ ਕਿ ਬੜਾ ਜ਼ੁਲਮ ਕਰ ਰਹੀ ਹੈ ਸਰਕਾਰ ਜਿਹੜੀ ਸਾਰੀ ਅੱਜ ਸੈਂਟਰ ਤੇ ਸਟੇਟ ਇਕੱਠੀਆਂ ਹੋ ਕੇ ਰੂਲ ਆਫ ਲਾਅ ਇੱਥੇ ਰਿਹਾ ਨਹੀਂ ਅਸੀਂ ਉਹ ਰੋਲਾ ਪਾ ਰਹੇ ਹਾਂ ਕਿ ਜਿਹੜੀਆਂ ਸੇਫ ਗਾਰਡਸ ਕਾਨੂੰਨ ਚ ਬੰਦੇ ਨੂੰ ਦਿੱਤੀਆਂ ਨੇ ਤੁਸੀਂ ਉਹ ਵੀ ਫੋਲੋ ਨਹੀਂ ਕਰ ਰਹੇ ਇਸ ਸ਼ੁਰੂ ਜਿੱਥੇ-ਜਿੱਥੇ ਕਿਸੇ ਨੂੰ ਪਲੇਟਫਾਰਮ ਨਜ਼ਰ ਆਉਂਦਾ ਹੈ ਚਾਹੇ ਉਹ ਮੈਂਸਟਰੀ ਇੰਟਰਨੈਸ਼ਨਲ ਹੈਗੇ ਨੇ ਚਾਹੇ ਵਰਡ ਦੇ ਵਿੱਚ ਕਈ ਇਨਸਾਫ ਪਸੰਦ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ ਨੇ ਜੁਆਇਨ ਦੇ ਪਲੇਟਫਾਰਮ ਹੈਗੇ ਨੇ ਸਟੇਟ ਗਵਰਨਮੈਂਟਸ ਨੇ ਜਿੱਥੇ-ਜਿੱਥੇ ਕੋਈ ਬੈਠਿਆ ਆਪਦੀ ਪ੍ਰੋਟੈਸਟ ਲੈਟਰ ਜ਼ਰੂਰ ਲਿਖੋ ਤੇ ਜੇ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਤੱਕਾ ਹੁੰਦਾ ਹੈ ਚਾਹੇ ਉਹ ਪੰਜਾਬ ਚਾਹੇ ਬਾਹਰ ਬੈਠੇ ਨੇ ਉਹ ਸੇਕ ਮਾਈਂਡਡ ਜਿਹੜੇ ਲਾਇਰਸ ਹੈਗੇ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਵਕੀਲ ਨੇ ਉਹਨਾਂ ਨੂੰ ਅਪਰੋਚ ਕਰੋ ਸਾਨੂੰ ਵੀ ਇੱਥੇ ਅਪਰੋਚ ਕਰ ਸਕਦੇ ਨੇ ਆਪਾਂ ਬਿਲਕੁਲ ਜਿਹੜਾ ਲੀਗਲ ਬੈਕਅਪ ਹੈ ਉਹ ਦਵਾਂਗੇ ਉਹਨਾਂ ਦੀ ਲੀਗਲ ਜਿਹੜੀ ਲੜਾਈ ਹੈਗੀ ਉਹ ਲੜਾਂਗੇ ਬਿਲਕੁਲ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਨੌਜਵਾਨਾਂ ਦੀਆਂ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਜਾਣੀਆਂ ਅਤੇ ਬੇਦੋਸ਼ੇ ਨੌਜਵਾਨਾਂ ਦੇ ਉੱਪਰ ਜਿਹੜੀਆਂ 752 ਦੇ ਸਮੇਤ ਹੋਰ ਧਰਾਵਾਂ ਲਾ ਦੇਣੀਆਂ ਕਿਉਂਕਿ ਮੈਂ ਇਸ ਕਰਕੇ 752 ਦਾ ਜ਼ਿਕਰ ਕੀਤਾ ਕਿ ਨਵਰੀਤ ਵਾਟਰ ਕੈਨਨ ਵਾਲੇ ਨੂੰ ਜਾਣਦੇ ਹੋਵਗੇ ਉਹਨਾਂ ਦੇ ਵੱਲੋਂ ਜਿਹੜਾ ਸੀ ਪ੍ਰੋਟੈਸਟ ਦਾ ਸਮਾਉ ਲੀਕਿਆ ਗਿਆ ਸੀ ਅਮਰਤਪਾਲ ਦੇ ਹੱਕ ਦੇ ਵਿੱਚ ਤਾਂ ਉਹਦੇ ਉੱਪਰ ਵੀ 752 ਜਿਹੜਾ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾ ਦਿੱਤੀ ਜਾਂਦੀ ਹੈ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ तमाम ਵੱਡੀਆਂ ਚੁਣੌਤੀਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਧਿਰਾਂ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਵੀ ਜਿਹੜਾ ਉਹਨਾਂ ਦਾ ਮੋਢਲਾ ਫਰਜ਼ ਬਣਦਾ ਹੈ ਪਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਕਾਨੂੰਨੀ ਮਾਹਰਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ